ਸਤਿ ਸ਼੍ਰੀ ਅਕਾਲ ਜੀ, ਰਾਇਲ ਕਲੈਕਸ਼ਨ ਐਂਡ ਬੁਟੀਕ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਰ ਇੱਕ ਵਾਰ ਦੀ ਤਰ੍ਹਾਂ ਅੱਜ ਫਿਰ ਤੁਹਾਡੇ ਲਈ ਕੁਛ ਸਪੈਸ਼ਲ ਅਤੇ ਨਵਾਂ ਲੈ ਕੇ ਆਈ ਹਾਂ। ਜਿੱਦਾਂ ਹੁਣ ਫੈਸਟੀਵਲ ਸ਼ੁਰੂ ਹੋਣਗੇ ਅਤੇ ਵੈਡਿੰਗ ਸੀਜ਼ਨ ਵਗੈਰਾ ਸ਼ੁਰੂ ਹੋ ਰਹੇ ਆ, ਤਾਂ ਵੈਸੇ ਡਿਮਾਂਡ ਬਹੁਤ ਜ਼ਿਆਦਾ ਆ ਰਹੀ ਸੀ। ਮੈਂ ਤੁਹਾਡੇ ਲਈ ਅੱਜ ਸੂਚੀ ਬਨਾਰਸੀ ਦੇ ਸੂਟ ਲੈ ਕੇ ਆਈ ਹਾਂ। ਪਿਓਰ ਦੇ ਸੂਟ ਹੋਣਗੇ ਸਾਰੇ ਇਹ, ਅਤੇ ਇਹਨਾਂ ਦੇ ਦੁਪੱਟੇ ਔਰਗੈਂਜ਼ਾ 'ਤੇ ਬਣੇ ਹੋਣਗੇ। ਬਿਲਕੁਲ ਨਿਊ ਡਿਜ਼ਾਈਨ ਆਇਆ ਕਿ ਜਿੱਦਾਂ ਆਪਣੇ ਬਰੋਕਟ ਦਾ ਸੂਟ ਹੁੰਦਾ ਤਾਂ ਉਹਦੇ ਨਾਲ ਜ਼ਿਆਦਾਤਰ ਬਰੋਕਟ ਦਾ ਹੀ ਦੁਪੱਟਾ ਹੁੰਦਾ। ਹੁਣ ਥੋੜ੍ਹਾ ਡਿਫਰੈਂਟ ਲੈ ਕੇ ਆਈ ਹਾਂ ਜੀ, ਤੁਹਾਡੇ ਲਈ ਕੁਛ ਨਵਾਂ ਲੈ ਕੇ ਆਈ ਹਾਂ। ਮੈਂ ਪੂਰੀ ਕੋਸ਼ਿਸ਼ ਕਰਦੀ ਹੁੰਦੀ ਹਾਂ ਹਰ ਇੱਕ ਵੀਡੀਓ ਵਿੱਚ ਕਿ ਹਰ ਇੱਕ ਨਾਲੋਂ ਕੁਛ ਅਲੱਗ ਤੋਂ ਲੈ ਕੇ ਆਵਾਂ ਤੁਹਾਡੇ ਲਈ, ਚਾਹੇ ਉਹ ਪ੍ਰਿੰਟਸ ਹੋਣ, ਡਿਜੀਟਲ ਪ੍ਰਿੰਟ ਹੋਣ, ਹਰ ਇੱਕ ਆਈਟਮ। ਮੈਂ ਜ਼ਿਆਦਾਤਰ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਰੋਜ਼ ਵੀਡੀਓ ਪਾਉਣੀ ਹੁੰਦੀ ਹੈ, ਉਹਦੇ ਵਿੱਚ ਮੈਂ ਕੁਛ ਨਵਾਂ ਤੋਂ ਨਵਾਂ ਦਿਖਾ ਸਕਾਂ ਤੁਹਾਨੂੰ। ਅਤੇ ਪਲੀਜ਼ ਮੇਰੀ ਇੱਕ ਰਿਕੁਐਸਟ ਹੈ ਸਭ ਨੂੰ, ਵੈਸੇ ਤਾਂ ਚਲੋ ਸਾਰੇ ਖੁਦ ਹੀ ਸਮਝਦਾਰ ਨਹੀਂ ਇਹਨਾਂ ਦੀ, ਪਰ ਫਿਰ ਵੀ ਇੰਨਾ ਕੁ ਰਿਕੁਐਸਟ ਹੈ ਕਿ ਇਹ ਨਾ ਪੁੱਛੋ, ਨਹੀਂ ਸਿਰਫ ਕਾਲ ਕਰਿਆ ਕਰੋ ਕਿ ਤੁਸੀਂ ਕਿੱਥੋਂ ਬੋਲਦੇ ਹੋ ਜੀ। ਮੈਂ ਵਾਰ ਵਾਰ ਹਰੇਕ ਵੀਡੀਓ 'ਚ ਬੋਲਦੀ ਹਾਂ ਮੈਂ ਰਾਜਪੁਰੇ ਤੋਂ ਆ ਜੀ, ਮੇਰੀ ਬੁਟੀਕ ਰਾਜਪੁਰੇ ਆ, ਨੀਅਰ APN ਹੋਸਪਿਟਲ, ਸਰਕਾਰੀ ਹੋਸਪਿਟਲ ਆ ਉਹਦੇ। ਸਿਰਫ ਇੰਨੀ ਗੱਲ ਤੁਸੀਂ ਪੁੱਛਦੇ ਹੋ ਜੀ, ਉਹ ਜੋ ਵੀ ਤੁਸੀਂ ਮੈਨੂੰ ਸੂਟਸ ਬਾਰੇ ਪੁੱਛਦੇ ਹੋ, ਮੈਨੂੰ ਫੋਨ 'ਤੇ ਨਹੀਂ ਦੱਸਿਆ ਜਾਏਗਾ, ਕਾਲ 'ਤੇ ਨਹੀਂ ਦੱਸਿਆ ਜਾਏਗਾ, ਕਿਉਂਕਿ ਤੁਸੀਂ ਮੈਨੂੰ ਮੈਸੇਜ ਕਰੋਗੇ, ਮੈਂ ਉਹਦਾ ਮੈਸੇਜ 'ਤੇ ਹੀ ਜਵਾਬ ਦੇ ਪਾਊਂਗੀ, ਨਾਲੇ ਮੈਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਕਿਸ ਸੂਟ ਬਾਰੇ ਗੱਲ ਕਰਦੇ ਹੋ। ਇੰਨੇ ਜ਼ਿਆਦਾ ਸੂਟਸ ਹੁੰਦੇ ਨੇ, ਇੰਨੀਆਂ ਜ਼ਿਆਦਾ ਵੀਡੀਓਜ਼ ਨੇ ਜੀ, ਉਹਨਾਂ ਵਿੱਚ ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਤੁਸੀਂ ਫੋਨ 'ਤੇ ਮੇਰੇ ਨਾਲ ਕਿਸ ਟੋਪਿਕ 'ਤੇ ਕਿਹੜੇ ਸੂਟ ਬਾਰੇ ਗੱਲ ਕਰਦੇ ਹੋ। ਰਿਕੁਐਸਟ ਕਰਦੀ ਹਾਂ ਪਲੀਜ਼ ਮੈਨੂੰ ਮੈਸੇਜ ਕਰ ਦਿਆ ਕਰੋ, ਕਾਲਸ ਨਾ ਕਰੋ, ਰਿਕੁਐਸਟ ਹੈ ਜੀ। ਅਤੇ ਆਓ ਦਿਖਾਉਂਦੇ ਫਸਟ ਸੂਟ। ਇਹ ਸੁੱਚੇ ਬਨਾਰਸੀ ਦੇ ਸੂਟ ਨੇ ਜੀ, ਮਸਟਰਡ ਕਲਰ ਆ। ਇਹਨਾਂ ਦੀ ਖਾਸੀਅਤ ਹੁੰਦੀ ਹੈ ਜਿਹੜੀ ਇਹ ਨਾ, ਇਹ ਮਤਲਬ ਕਿ ਜੋ ਵੀ ਸੁੱਚੀ ਬਨਾਰਸੀ ਹੁੰਦੀ ਹੈ, ਇਹਦੀ ਜਿਹੜੀ ਫੋਲਡਿੰਗ ਧਾਗਾ ਹੁੰਦਾ, ਇੱਕ ਇਹ ਚੁੱਭਣੇ ਵਾਲਾ ਹੁੰਦਾ, ਅਤੇ ਇਹਦੇ ਵਿੱਚ ਇਹ ਫੋਲਡ ਹੀ ਕੀਤਾ ਹੁੰਦਾ ਧਾਗਾ, ਇਹਨਾਂ ਦੀ ਇਹ ਨਿਸ਼ਾਨੀ ਹੁੰਦੀ ਹੈ ਮੇਨ। ਇਹ ਕਟਿੰਗ ਨਹੀਂ ਕੀਤੀ ਹੋਈ ਸਾਰੀ ਇਹਨਾਂ ਦੀ ਬੁਣਤੀ ਦੇ ਵਿੱਚ, ਇਹ ਸਾਰਾ ਕੋਈ ਚੁੱਭਣੇ ਵਾਲਾ ਫੈਬਰਿਕ ਨਹੀਂ ਹੁੰਦਾ, ਕੁਛ ਨਹੀਂ ਜੀ। ਇਹਦੀ ਮੇਨ ਜੋ ਮਤਲਬ ਕਿ ਆਪਾਂ ਕਹਿ ਸਕਦੇ ਨਿਸ਼ਾਨੀ ਹੁੰਦੀ ਹੈ, ਠੀਕ ਹੈ। ਇਹਦਾ ਨੈੱਕ ਬਣਿਆ ਹੋਇਆ ਫੁੱਲ ਦੇ ਵਿੱਚ, ਬੂਟੀ ਪਈ ਹੋਈ ਹੈ ਸਾਰੀ ਸ਼ਰਟ ਦੇ ਫਰੰਟ ਦੇ ਵਿੱਚ, ਅਤੇ ਘੇਰਾ ਬਹੁਤ ਸੋਹਣਾ ਬਣਿਆ ਹੋਇਆ। ਇਹ ਸਿਲਕ ਫੈਬਰਿਕ ਹੈ, ਸਾਈਡਸ 'ਤੇ ਐਕਸਟਰਾ ਕੱਪੜਾ ਦਿੱਤਾ ਹੋਇਆ ਜੀ, ਪੱਟੀ ਦਿੱਤੀ ਹੋਈ ਹੈ ਸਲੀਵਸ ਵਾਸਤੇ। ਸਾਰੇ ਡਿਜ਼ਾਈਨਰ ਪੀਸ ਹੋਣਗੇ ਇਹ। ਬਿਲਕੁਲ ਨਿਊ ਫੈਬਰਿਕ 'ਤੇ ਇਹਦੀ ਸਲਵਾਰ ਆ, ਕਾਫੀ ਹੈਵੀ ਦੇ ਵਿੱਚ ਹੈ ਫੈਬਰਿਕ, ਅਤੇ ਇਹਨਾਂ ਦੇ ਨਾਲ ਕੰਟਰਾਸਟ ਦੁਪੱਟੇ ਹੋਣਗੇ। ਦੁਪੱਟਾ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਹੈਵੀ ਦੇ ਵਿੱਚ ਆ, ਇੱਕ ਅਜੇ ਵੈਡਿੰਗ ਸੀਜ਼ਨ ਲਈ ਤਿੱਲਾ ਵਰਕ ਹੋਇਆ ਹੋਇਆ, ਥਰੈਡ ਵਰਕ ਹੋਇਆ ਹੋਇਆ ਦੁਪੱਟੇ 'ਤੇ, ਔਰਗੈਂਜ਼ਾ ਦਾ ਦੁਪੱਟਾ ਇਹ। ਡਿਜ਼ਾਈਨਰ ਦੁਪੱਟੇ ਨੇ, ਤੁਸੀਂ ਇਹਨਾਂ ਨੂੰ ਜਿੱਦਾਂ ਮਰਜ਼ੀ ਵੇਅਰ ਕਰ ਸਕਦੇ ਹੋ, ਸਾਈਡ ਦੁਪੱਟਾ ਲੈ ਸਕਦੇ ਹੋ, ਜਾਂ ਵੈਸੇ ਵੀ ਜਿੱਦਾਂ ਵੀ ਤੁਸੀਂ ਵੇਅਰ ਕਰਨਾ ਚਾਹੁੰਦੇ ਹੋ ਇਹ ਇਹਨਾਂ ਨੂੰ ਕਰ ਸਕਦੇ ਹੋ। ਇਹਨਾਂ ਦਾ ਪ੍ਰਾਈਜ਼ 4500 ਆਏਗਾ, ਤੁਸੀਂ ਜਿਹੜਾ ਵੀ ਸੂਟ ਲਓ ਸਭ ਦਾ ਪ੍ਰਾਈਜ਼ 4500 ਆ। ਇਹ ਆ ਗਿਆ ਜੀ ਸੀ ਗ੍ਰੀਨ ਪਿਸਤਾ ਜਿਹਾ ਕਲਰ, ਇਹ ਪਿਓਰ ਦੇ ਸੂਟ ਨੇ ਸਾਰੇ। ਇਹਨਾਂ ਦੇ ਵਿੱਚ 1000 ਤੋਂ ਸੂਟ ਸ਼ੁਰੂ ਹੋ ਜਾਂਦੇ ਨੇ, ਜਿੱਦਾਂ ਆਪਣੇ ਬਰੋਕਿਟ 1000 ਤੋਂ ਸ਼ੁਰੂ ਹੋ ਜਾਂਦੀ ਹੈ, ਪਰ ਹਮੇਸ਼ਾ ਫੈਬਰਿਕ ਅਤੇ ਬ੍ਰੈਂਡ ਦਾ ਬਹੁਤ ਜ਼ਿਆਦਾ ਫਰਕ ਰਹਿੰਦਾ ਜੀ। ਇਹ ਸਾਰੇ ਬ੍ਰੈਂਡਿਡ ਸੂਟ ਨੇ, ਫੈਬਰਿਕ ਵੈਸਟ ਹੈ ਸਾਰਿਆਂ ਦਾ। ਮੈਂ ਤੁਹਾਨੂੰ 1100 ਸੂਟ ਵੀ ਦਿਖਾਇਆ ਸੀਗਾ ਇਹਦੇ ਵਿੱਚ ਬਰੋਕਿਟ ਦੇ ਵਿੱਚ। ਇਹ ਤਾਂ ਦੁਪੱਟਾ, ਪ੍ਰਾਈਸ 4500। ਇਹ ਥੋੜ੍ਹੀ ਗਾਜਰੀ ਜੀ ਟੋਨ ਦੇ ਰਿਹਾ ਸੂਟ, ਕਲਰ ਸੇਮ ਹੋ ਰਿਹਾ। ਇਹ ਗਾਜਰੀ ਜਿਹਾ ਸੂਟ ਹੈ ਜੀ, ਇਹਦਾ ਕਲਰ ਸੇਮ ਡਿਜ਼ਾਈਨ ਉੱਦਾਂ ਹੀ ਰਹੇਗਾ। ਇਹਦਾ ਦੁਪੱਟਾ
ये एक होर डिजाइन है ब्रॉकेट के बिल्कुल नवी कलैक्शन है जी। ये बहुत सोहने डिजाइन ने, डिजाइनिंग तुसी देख सकते हो सारा ब्रॉकेट का काम होया है। ये डिजाइनिंग तुसी खुद देख सकते हो बहुत सोहनी डिजाइनिंग हुई हुई है सूट ते। ये ग्रेश ब्लैकिश ते जिहड़ा कलर हुंदा ओह वाला कलर है जी। ये कंट्रास्ट मैरून दुपट्टा, दुपट्टे की डिजाइनिंग तुसी देख सकते हो सीक्वेंस के काम के नाल फोर साइड बॉर्डर लग्या होया। फ्रंट के विच वेल बनी हुई है, साइडा पे हैवी वर्क दिता हुआ सारे। ये सूट जो बनते हैं जी बन के बहुत सोहनी पार्टी वेयर लुक आती है इन्हें। जिदा अपने खीम खाब के सूट्स होंगे ने वह वाली ब्रांड आ जाता है। खीम खाब तकरीबन सब तो वधिया एक ब्रॉकेट मनी जाती है। ये मेहंदी कलर है, ग्रीन कलर है मेहंदी ते। इनू कंट्रास्ट दिता हुआ। इन्हों का प्राइस भी सारे ना 4500 है। टोटल सूट तुसी जिहड़ा मर्जी लो सारे सूट 4500 दे ने। मैरून कलर इन्हां दी बैक साइड प्लेन आएगी। लेंथ इन्हां दी एडजस्ट हो जाएगी, तुसी उपरों नहीं करवाना चाहते तो इन्हां दी नीचे तो लेंथ एडजस्ट हो जाएगी। वो असी स्टिचिंग टाइम करना हुंदा है, इन्हू अप डाउन किया जा सकता जी। तो बैक साइड प्लेन रहेगी इन्हां दी सारिया दी। स्लीव्स तो एक्सट्रा इन्हां ने बॉर्डर दिता हुआ है, बाहों का एक्सट्रा बॉर्डर है। सिल्क का फैब्रिक है। प्लेन सलवार मैरून ते मस्टर्ड कलर का कॉम्बीनेशन है, बहुत सोहना कंट्रास्ट है जी। पैंतालीस सौ प्राइस। एक नवी डिजाइनिंग है, थ्रेड वर्क फुल फ्रंट हैवी सेंटर पट्टी दे नाल। घेरे ते बहुत सोहनी पट्टी दिती हुई है, बरीक बेल दिती हुई है थ्रेड वर्क दे। इन्हें ब्लैक कलर नहीं कहेंगे जी, थोड़ा ग्रेश कलर है, डार्क ग्रे कलर होंदा जिदा ऐदा का कलर है। शायद वीडियो से ब्लैक ना आता हो। देखो यहाँ डिजाइनर दुपट्टा, दुपट्टे देख के रूह खुश हो जाती है जी। बहुत ज़्यादा सॉफ्ट दुपट्टा, तुसी इन्हों जिदा मर्जी वेयर कर सकते हो। बहुत सोहने दुपट्टे ने, बहुत लाइट वेट ने, तो जिथे तुसी खड़ा लोगे दुपट्टा उत्थे ही खड़ा रहेगा। बहुत सोहने दुपट्टे ने। यदा प्राइस 4800 है, 4800 प्राइस है। अज वीडियो थोड़ी लंबी हो जाएगी क्योंकि थोनू आइटम ही इदा दे रहे हैं।
ये फंक्शनल नहीं जी, तुसी इन्हां दे प्लाजो बनाओ, स्कर्ट सूट बनवाओ, लहंगा बनवाओ, जिद्दां दे मर्जी सलवार सूट बनवाओ, जो भी तुहानू पसंद है इदां दी आइटमां तुसी बनवा सकदे हो। ये फुल थ्रैड वर्क सिल्क दे फैब्रिक ते दुपट्टा देखो तुसी, फुल दुपट्टा वर्क है, ये प्रिंट दे उपर वर्क है, फुल दुपट्टा पैंताली सौ प्राइस के नाल बहुत सोहना सूट है जी। थानू ब्लैक थीम दिखाने हैं, थोड़ा सा ब्लैक से बहुत कुछ आया सी, ब्लैक ब्लैक हो रही थी, बहुत ज़्यादा डिमांड आ रही थी ब्लैक कलर की। नैक देखो पहला था राउंड नैक नाल कुर्ता पट्टी दिती हुई है। घेरा बहुत ज़्यादा सोहना बनया हुआ है, बहुत अच्छा घेरा बनया हुआ है ना, सिप्पी का वर्क होया गया, मैं बहुत क्लोजली दिखाने की कोशिश कर दी। डिजाइनर सूट ने सारे, दुपट्टे एक तो एक ने जी, दुपट्टा पहला तो यहाँ तुम बॉर्डर ही देख सकते हो, बॉर्डर बहुत सोहने ने, फुल दुपट्टे दे विच वर्क नाल प्रिंट, इहदा प्राइस 4800 है, 4800। नेक्स्ट ब्लैक, एम्ब्रॉयडरी हुई भी है सारी शर्ट से, सेल्फ दे विच शर्ट है, लेंथ तुसी जिन्नी मर्जी लॉन्ग शॉर्ट कर सकते हो, एडजस्टेबल लेंथ होंगी इन्हां दी क्योंकि पट्टी लगी हुई है नैक ते, उस उतार के इन एडजस्ट कर देंगे जी। फैब्रिक तुसी देख सकते हो सारा ये फैब्रिक है, विच स्टार स्टार बने हुए ने, सेल्फ दा फैब्रिक है ये ब्लैक कलर से, प्लेन सलवार ये दुपट्टा, दुपट्टे की डिजाइनिंग डिजिटल प्रिंट बहुत सोहने प्रिंट ने जी दुपट्टिया के, ਤੁਸੀਂ ਖੁਦ ਗੈਸ ਕਰ ਸਕਦੇ ਹੋ ਜਦੋਂ ਸੂਟੇ ਬਣਨਗੇ ਸਟਿਚ ਹੋਣਗੇ ਤਾਂ ਇਹਨਾਂ ਦੇ ਲੁੱਕ ਕਿੱਦਾਂ ਦੀ ਆਏਗੀ। ਬਲੈਕ ਦੇ ਵਿੱਚ ਇਹ ਬਹੁਤ ਕੁਛ ਹੈ, ਇਹਦਾ ਪ੍ਰਾਈਸ ਵੀ 4500 ਹੈ। ਨੈਕਸਟ ब्राउन ते ब्लैक कंट्रास्ट सारा थ्रेड वर्क होया वे, घेरे ते वर्क है, नैक ते वर्क है, ये सलवार नाल सिंपल चनौन दा दुपट्टा, डिजिटल प्रिंट से विदाउट एम्ब्रॉयडरी दुपट्टा है, ये चनौन का दुपट्टा है, इसका प्राइस 4000 है, 4000 प्राइस है ना। हाँ जी, इन्हां दे विचों कोई भी थोड़ा पसंद आता है मैनू जरूर दसो, तो कमेंट करके प्लीज़ जरूर दस्या करो थोड़ा मेरी कलैक्शन किदा भी लगती है, क्योंकि मैं बहुत खुद एक कह दें कि लग लग के लैके आना चीज़ में, क्योंकि मार्केट अजकल बहुत कुछ आ रहा थोड़ा सबनों पता ही है, पर फिर भी मैं कोशिश करती हूँ कि मैं सब तो अलग दे पावा,
ਮੈਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਡੀ ਮੇਰੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ। ਜਿੰਨਾ ਤੁਸੀਂ ਮੈਨੂੰ ਵਟਸਐਪ 'ਤੇ ਮੈਸੇਜ ਕਰਦੇ ਹੋ ਉਸ ਤੋਂ ਫੇਸਬੁੱਕ ਸੋਰੀ ਯੂਟਿਊਬ 'ਤੇ ਮੈਨੂੰ ਇੰਨਾ ਨਹੀਂ ਮੈਸੇਜ ਆਉਂਦਾ, ਰਿਸਪੋਂਸ ਆਉਂਦਾ, ਪਰ ਉਹ ਜੀ ਵਟਸਐਪ 'ਤੇ ਬਹੁਤ ਜ਼ਿਆਦਾ ਤੁਸੀਂ ਮੈਸੇਜ ਕਰਦੇ ਹੋ। ਪਲੀਜ਼ ਮੈਨੂੰ ਯੂਟਿਊਬ 'ਤੇ ਵੀ ਕਮੈਂਟ ਕਰਕੇ ਦੱਸਿਆ ਕਰੋ ਮੇਰੀ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ। ਮੇਰੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲਿਓ। ਨੰਬਰ ਮੇਰਾ 8283828381 ਨੰਬਰ ਹੈ, ਇਹਨੂੰ ਸਕਰੀਨਸ਼ੋਟ ਲੈ ਕੇ ਇਸ ਨੰਬਰ 'ਤੇ ਸੈਂਡ ਕਰੋ। ਇਹ ਵੀਡੀਓ ਦੇਖਣ ਲਈ ਥੈਂਕ ਯੂ ਸੋ ਮਚ।